ਸਤਿ ਸ਼੍ਰੀ ਅਕਾਲ ਜੀ, ਸੰਧੂ ਡੇਅਰੀ ਫਾਰਮ 'ਤੇ ਤੁਹਾਡਾ ਸਵਾਗਤ ਹੈ। ਪਹੁੰਚੇ ਹਾਂ ਅੱਜ ਜ਼ਿਲ੍ਹਾ ਸੰਗਰੂਰ ਦੇ ਪਿੰਡ ਸੰਗਤੀਵਾਲ 'ਚ। ਸੰਗਤੀਵਾਲ 'ਚ ਗੁਰਜੰਟ ਸਿੰਘ ਜੰਟਾ ਨਾਂ ਦੇ ਜਾਣਿਆ ਜਾਂਦਾ ਵਪਾਰੀ, ਕਰਵਾਵਾਂਗੇ ਉਹਨਾਂ ਦੀਆਂ ਮੱਝਾਂ ਨਾਲ ਦਰਸ਼ਨ। 40-50 ਸਾਲ ਦਾ ਪੁਰਾਣਾ ਤਜਰਬਾ ਹੈ, ਕਰਾਵਾਂਗੇ ਅੱਜ ਸਾਰੀ ਗੱਲਬਾਤ। ਦੇਖਾਂਗੇ ਅੱਜ ਕਿਹੋ ਜਿਹੇ ਪਸ਼ੂ ਨੇ ਅੰਦਰ ਖੜੀਆਂ ਨੇ, ਬਾਕੀ ਬਾਹਰੇ ਕਢਵਾ ਕੇ ਕਰਾਵਾਂਗੇ ਗੱਲਬਾਤ ਸਾਰੀ, ਨਾਲੇ ਜਾਣਾਂਗੇ ਰੇਟ। ਠੀਕ ਹੈ ਜੀ, ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਹੋ ਜੀ? ਕਰੀਏ ਸ਼ੁਰੂ ਫਿਰ? ਹਾਂ ਜੀ, ਹਾਂ ਕਰੋ। ਠੀਕ ਹੈ ਜੀ, ਪਹਿਲੇ ਨੰਬਰ ਵਾਲੀ ਤੋਂ ਕਰਦੇ ਆਪਾਂ। ਹਾਂ ਜੀ, ਹਾਂ। ਕਿਹੜਾ ਸੂਆ ਜੀ ਇਹ ਝੋਟੀ ਦਾ? ਇਹ ਦੂਜਾ ਜੀ। ਦੂਜੇ ਸੂਏ ਝੋਟੇ ਕਿੰਨਾ ਕੁ ਦੁੱਧ ਰੇੜੀ ਹੈ ਜੀ ਹੁਣ? 13 ਕਿਲੋ ਦੀ ਹੁਣ 13 ਕਿਲੋ ਤਿਆਰ ਹੈ ਜੀ। ਤਿਆਰ ਹੈ ਜੀ, 13 ਕਿਲੋ ਦੁੱਧ ਹੈ ਜੀ ਦੂਜਾ ਸੂਆ। ਸਿੰਗ ਥੋੜ੍ਹਾ ਜਿਹਾ ਉੱਪਰ ਨੂੰ ਜ਼ਰੂਰ ਆ, ਚਵਾਈ ਚਵੂਈ ਚੰਗੀ ਆ। ਇੱਕ ਵਾਰੀ ਤੋੜ ਦੇ ਬਾਈ ਇਹਨੂੰ, ਤੋਰੀ ਬਾਈ। ਬਾਕੀ ਸੂਈ ਤਾਂ 4-5 ਦਿਨਾਂ ਦੀ ਹੋਣੀ ਹੈ ਨਾ? ਕਿ 10 ਦਿਨਾਂ ਦੀ ਸੂਈ ਹੋਈ ਹੈ? 10 ਦਿਨਾਂ ਦੀ ਸੂਈ ਹੈ। ਇੱਧਰ ਤੋਰ ਦਿਆ ਕਰੀ, ਇੱਧਰ ਇੱਧਰ ਤਾਂ ਇੱਧਰ ਤੋਰ ਦਿਆ। 10 ਦਿਨਾਂ ਦੀ ਸੂਈ ਹੈ ਜੀ, 13 ਲੀਟਰ ਦੁੱਧ ਐਨ ਤੁਸੀਂ 2 ਡੰਗ ਚਵਾਈ ਕਰਕੇ ਖਰੀਦ ਸਕਦੇ ਹੋ। ਅਤੇ ਬਾਕੀ ਲੇਵੇ ਦੀ ਵਾਲੀ ਸਾਫ਼ ਸੁਥਰੀ ਹੈ, ਜਮੀ ਬਿਲਕੁਲ ਕੋਈ ਸਾਈਡ ਸੂਡ ਨਹੀਂ ਹੈਗੀ। ਬੰਦ ਹੋ ਜੀ, ਥੋੜੀ ਜੀ ਡਰਦੀ ਆ ਆਪਾਂ ਤੋਂ। ਮਾਂਗਰ ਕੀ ਆ, ਕੱਟਾ ਕੱਟੀ ਹੈ ਜੀ? ਪਿੱਛੇ ਕੱਟਾ ਜੀ ਇਹਦੇ, 10 ਦਿਨਾਂ ਹੀ ਸੂਈ ਹੈ। ਇਹਦਾ ਰੇਟ ਜੀ? ਇਹਦਾ ਰੇਟ 85,000 ਰੁਪਈਆ। 85,000 ਅਤੇ ਛੱਡ ਜਮੀ ਜਾਇਜ਼ ਜਾਇਜ਼ ਦੱਸ ਦੇ ਤਾ ਜਿਹੜੇ ਵੀ ਬਸ ਅਗਲਾ ਤੈਨੂੰ 80 ਦੀ ਦੇਣੀ। ਅੱਛਾ, ਮੌਕੇ ਥੋੜ੍ਹਾ ਘਣਾ ਹੋਰ ਹੋਜੂ। ਠੀਕ ਹੈ ਜੀ, ਆਇਓ ਤੁਹਾਨੂੰ ਦੂਜੇ ਨੰਬਰ ਵਾਲੀ ਦਿਖਾਉਂਦੇ ਹਾਂ, ਅਤੇ ਇਹ ਵੀ ਤੋੜ ਦਿਉ ਜੀ। ਦੂਜੇ ਸੂਏ ਝੋਟੀ ਹੈ, ਲੇਵੇ ਦੀ ਪੂਰੀ ਸ਼ਾਨਦਾਰ ਐਨ ਖੁੱਲ੍ਹੇ ਆਡਰ ਦੀ ਹੈ। 4-5 ਵਜੇ ਦੀ ਵੀਡੀਓ ਬਣਾ ਰਹੇ ਹਾਂ ਬਾਈ ਡੰਗ 'ਤੇ, ਦੇਖੋ ਤੁਸੀਂ ਲੇਵੇ ਦੀ ਸਫਾਈ ਦੇਖੋ ਅਤੇ ਥਣ ਲੇਵਿਆ ਵਧੀਆ ਮੋਟੇ ਮੋਟੇ ਥਣ ਦੀ ਮੈਂ, ਅਤੇ ਕੱਦ ਬਹੁਤ ਜ਼ਿਆਦਾ ਇਹ ਝੋਟੀ ਦਾ। ਅਤੇ ਬਾਕੀ ਇਹਦੀ ਵੀ ਜਾਣਕਾਰੀ ਲਵਾਂਗੇ ਤਾਂ ਇਹ ਤੋਂ ਕਿੰਨਾ ਕੁ ਦੁੱਧ ਹੋਊਗਾ। ਮੋੜ ਦਿਉ ਜੀ, ਝੋਟੀ ਪੂਰੀ ਸ਼ਾਨਦਾਰ, ਬਿਲਕੁਲ ਸਿੰਗ ਦੀ ਵੀ ਐਨ ਬਨਾਵਟ ਚੰਗੀ ਆ। ਇਹਨੂੰ ਕਿੰਨੇ ਦਿਨ ਹੋ ਗਏ ਜੀ ਸੂਈ ਨੂੰ? ਅੱਛਾ, ਦੂਜਾ ਦਿਨ ਹੈ ਹਲੇ। ਕਿੰਨਾ ਕੁ ਦੁੱਧ ਕੱਢ ਦੂਗੀ ਜੀ ਇਹ? ਕੱਢਦੇ 17-18 ਅਤੇ ਹੁਣ ਬੋਲਾ ਕਿੰਨਾ ਕੁ ਤਿਆਰ ਬੰਨਦੇ ਬਾਈ ਹੁਣ? ਅੱਛਾ, ਹੁਣ ਬੋਲਾ ਜੀ 10 ਕਿਲੋ ਹੁਣ? 10 ਬੋਲਾ ਜੀ। ਅਤੇ ਪਿੱਛੇ ਕੱਟਾ ਕੱਟੀ ਜੀ? ਕੱਟੀ ਹੈ ਜੀ। ਇਹਦਾ ਜਾਇਜ਼ ਰੇਟ ਜੀ ਕਿੰਨੇ ਦੀ ਛੱਡ ਦਾਂਗੇ ਆਪਾਂ? ਇਹ 1.25 ਦੀ ਦੇਣੀ ਹੈ ਜੀ, 1.35। 1.35 ਹੈ, 1.25 ਦੇਣੀ ਹੈ ਜੀ। ਦੇਖੋ ਜੀ, ਝੋਟੀ ਸ਼ਾਨਦਾਰ ਹੈ, ਦੂਜਾ ਸੂਆ ਅਤੇ 17-18 ਲੀਟਰ 'ਚ ਪਾਸ ਹੈ ਝੋਟੀ, ਅਤੇ ਹੁਣ ਬੋਲਾ 10 ਲੀਟਰ ਤਿਆਰ ਹੈ। ਬਾਕੀ ਕਹਿੰਦੇ 1.35 ਮੁੱਲ ਕਰਦੇ ਹਾਂ ਇਹਦਾ, ਬਾਕੀ ਫੋਨ 'ਤੇ ਹੋਜੂਗਾ, ਫੋਨ ਆਪਾਂ ਦੇ ਦਾਂਗੇ ਜੀ। ਹੁਣ ਤੁਹਾਨੂੰ ਤੀਸਰੇ ਨੰਬਰ 'ਤੇ ਚੱਲਦੇ ਹਾਂ ਆਪਾਂ, ਤੀਸਰੇ ਨੰਬਰ 'ਤੇ ਦਿਖਾਉਂਦੇ ਹਾਂ ਇੱਕ ਸ਼ਾਨਦਾਰ ਮੋਹਰਾ। ਦੇਖੋ ਜੀ, ਸਾਰੇ ਪਸ਼ੂਆਂ 'ਚੋਂ ਟੌਪ ਦੀ ਝੋਟੀ ਹੈ ਇਹ ਵੀ। ਦੂਜਾ ਸੂਆ ਕਿ ਤੀਜਾ ਜੀ? ਤੀਜਾ ਜੀ, ਤੀਜਾ ਸੂਆ। ਲੇਵੇ ਦੀ ਜੜ ਜੁੜ ਸਾਰੀ ਚੰਗੀ ਆ, ਬਾਕੀ ਡੈਰੀ ਦੇ ਮਤਲਬ ਦੀ ਹੈ। ਇਹਨੂੰ ਤੋਰੋ ਬਾਈ ਇੱਕ ਵਾਰੀ, ਪਸ਼ੂ ਸਾਰੇ ਤਾਜ਼ੀ ਨੇ ਬਿਲਕੁਲ, ਕੋਈ 5 ਦਿਨਾਂ ਦੀ, ਕੋਈ 6 ਦਿਨਾਂ ਦੀ। ਦੇਖੋ ਜੀ, ਇੱਕ ਵਾਰ ਤੁਸੀਂ ਤੁਰਦੀ ਦੀ ਜੱਜਮੈਂਟ ਕਰ ਲਓ। ਦੇਖੋ ਜਿਵੇਂ ਡੰਗ 'ਤੇ ਜਿਵੇਂ ਮੰਡੀ 'ਚ ਫਿਰਦੀ ਹੁੰਦੀ ਹੈ ਝੋਟੀ, ਮੰਡੀ ਵਾਲਾ ਕੰਮ ਹੋਇਆ ਪਿਆ। ਮੋੜ ਦਿਉ ਜੀ, ਝੋਟੀ ਦੇ ਸਰੀਰ ਦੇ ਬਣਤਰ ਸਾਰੀ ਚੰਗੀ ਹੈ। ਇੱਕ ਵਾਰ ਤੁਹਾਨੂੰ ਦੁਬਾਰਾ ਲੇਵੇ ਦੇ ਦਰਸ਼ਨ ਕਰਵਾ ਦਿੰਦੇ ਹਾਂ। ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ? ਇਹਨੂੰ 4 ਦਿਨ ਹੈ ਜੀ।
चौथा दिन 12-13 दिन रेडी कर गई जी। 15-16 कर दू जी चबाई चबुई ओके जी किसी गलो नी घट भी आके नहीं मटू एदा मुल जी पूरी कमाल दी 15-16 लीटर आराम नाल कढूगी। ठीक है जी आ जाओ अगली साइड ते दिखाने सानू पूरे ऐन चंगे मोटे मोटे थण दा पशु धन। एक बार इनू भी तोरने लिए कहेंगे तोरे जी इनू भी देखो जी डंडा शाम 4-5 बजे की वीडियो जी ये देखो बाजार वांगू बड़िया खड़िया ने मैं डंग ते पूरी ऐन दुध वाली क्वालिटी है सारी 12-13 तो 15-16 लीटर तक पशु ने मोड़ दो जी झोटी भी पूरी कमाल दी आ गाड़ी पिछाड़ी एन बराबर का सूता लग्या होया एन पूरा मोटा मोटा ते बाकी ताए नाल गल कर लांगे इहदे बारे भी की गलबात है इहदी। इहदा केड़ा सूआ जी इह चौथा चौथा सूआ मांगर कट्टी कट्टा जी कट्टी ये थले दुद्ध कितना रेडी है जी चोन दा बिल्कुल ते एदा जायज रेट जी 75 दी देनी है ये 75 दी मुल 80 है देखो जी बिल्कुल जायज रेट करे जी 75,000 च मिलूगी ये सानू 11-12 किलो वाली झोटी मोटे मोटे थण दी पिठपुड़े दी लाजवाब 75,000 च बिल्कुल जायज रेट। अगले नंबर वाली तोरो जी ਇਹ ਹੁਣੀ ਚੋ ਕੇ ਆਈ ਹੈ ਜੀ ਹੁਣੀ ਆਈ ਹੈ ਝੋਟੀ ਇਹ ਆਪਣੇ ਹੁੰਦੀ ਲਾਹੀ ਹੈ ਗੱਡੀ 'ਚੋਂ ਅਤੇ ਬਾਕੀ ਤੁਹਾਨੂੰ ਇੱਕ ਵਾਰੀ ਤੋਰ ਕੇ ਦਿਖਾ ਦਿੰਦੇ ਹਾਂ ਥੋੜ੍ਹੇ ਦਿਨਾਂ ਦੀ ਇਹ ਸੂਈ ਹੋਈ ਹੈ ਖਾਲੀ ਕਰੀ ਹੋਈ ਹੈ ਬਿਲਕੁਲ ਹੁਣ 10 ਲੀਟਰ ਦੁੱਧ ਰੇੜੀ ਹੈ ਜੀ ਕਹਿੰਦੇ ਹੁਣ ਬੋਲਾ ਤਿਆਰ ਹੈ 10 ਕਿਲੋ ਅਤੇ ਬਾਕੀ ਕੁਆਲਿਟੀ ਚੰਗੀ ਹੈ ਝੋਟੀ ਦੀ ਹੁਣ ਥੋੜ੍ਹੀ ਚਬਾਈ ਕਰੀ ਹੋਈ ਹੈ ਨਾ ਖਾਲੀ ਮੈਂ ਥੋੜ੍ਹੀ ਜਿਹੀ ਘੱਟ ਭਰਦੀ ਹੈ एक बार सू फिर भी आप दिखा दें तो मोड़ दो जी एदा की रेट रखे जी फिर 85 देनी है ये 85 की देनी है चबाई चबुई ओके हो जी 85,000 च मौके ते मान धन थोड़ा घना होर हो जूगा बाकी हूँ फिक्स ही करे जी रेट सारे पशुओं का तुम्हें एक बार सारे पशुओं ने दोबारा फिर दर्शन करवा देने देखो जी चबाई देखो खाली करी हुई मैं भी देखो लेवा तुम्हें वधिया कर लिया हूँ एक बार तुम्हें दोबारा फिर निगाह मरवा देने पशु सारे चंगे ने जी डेयरी के मतलब के पशु ने बिल्कुल क्वालिटी सारे नहीं सिरा बाकी आते जाते रहते ने पशु डेली बदल दे डेली बिक दिया ने मैं 2-3 होर आने जी है तो महीने दियाँ बेचते ने महीने दियाँ किन्नी 50 तक कर देने होने सेल पाँह 60 के नेड़े तेड़े एवरेज है एक महीने की इन्हों की तो पशुओं का आना जाना लगे रहा 75,000-80,000 च कोई 10-12 किलो रेट मैं लैनी 12-13 किलो तक भी इतों उपलब्ध रही जी हर टाइम रेट बिल्कुल इन्हों के जायज होंगे ने पिंड है जी संगती वाला पिंड दस दिए सूँ जो आप सनाम तो जाखल रोड तो शाजली पिंड आता शाजली तो आप चढ़ते वाले पास जी सड़क मुड़ती है संगती वाला तो बाकी सूँ आप नंबर तो यह लैके दे देंगे। हाँ जी नंबर बोल दो जी अपना 97-63 हाँ जी 099-78 98-763 099-78 ठीक है जी यह नंबर है। ये नंबर से तुम संपर्क करके कोई भी पशु इन्हों चो खरीद सकते हो बाकी फिर भी पशु इन्हों संपर्क रहोगे तो तुम चंगा पशु धन इन्हों तो खरीद सकते हो। ठीक है जी अपने चैनल में कर लियो सबसक्राइब तो लाइक शेयर जरूर कर दियो। धन्यवाद।